ਕਹਿੰਦਾ ਪੰਜਾਬ 'ਚ ਨਾ ਇਹ ਕੋਸ਼ਿਸ਼ ਕਰਿਓ ਬੀਜੇਪੀ ਵਾਲਿਓ, ਪੰਜਾਬ 'ਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਗੇ। ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਹੈ, ਉਹ ਸਾਡੀਆਂ ਈਦਾਂ, ਸਾਡੀਆਂ ਸੰਗਰਾਂਦਾਂ, ਉਹ ਸਾਡੀਆਂ ਹਨੂੰਮਾਨ ਜੈਅੰਤੀਆਂ, ਸਾਡੇ ਗੁਰਪੁਰਬ, ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ, ਅਸੀਂ ਇਕੱਠੇ ਮਨਾਉਂਦੇ ਹਾਂ ਸਾਰੇ। ਇਸ ਕਰਕੇ ਪੰਜਾਬ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ। ਸੋ ਵੀਰੋ, ਹੁਣ 1 ਜੂਨ ਨੂੰ ਆਖਰੀ ਗੇੜ ਦੀ ਮਤਦਾਨ ਹੋਣੀ ਹੈ, 6ਵੇਂ ਗੇੜ ਦੀ ਕੱਲ੍ਹ ਨੂੰ ਹੈ, ਦਿੱਲੀ 'ਚ ਵੋਟਾਂ ਪੈ ਜਾਣਗੀਆਂ, ਹਰਿਆਣੇ 'ਚ ਵੀ ਪੈ ਜਾਣਗੀਆਂ, ਫਿਰ ਵਾਰੀ ਰਹਿ ਜੂ ਪੰਜਾਬ ਦੀ। ਵੀਰੋ 5 ਗੇੜ ਹੋ ਗਏ, 5 ਗੇੜਾਂ 'ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਦਾ, ਮੋਦੀ ਗਿਆ। ਇੰਡੀਆ ਗਠਬੰਧਨ ਦੀ ਸਰਕਾਰ ਆ ਰਹੀ ਹੈ, ਉਹਦੇ 'ਚ ਆਪਣੇ ਪੰਜਾਬ ਤੋਂ 13, ਫਿਰ ਕੁਰੂਕਸ਼ੇਤਰ 14, ਫਿਰ ਦਿੱਲੀ ਤੋਂ, ਫਿਰ ਗੁਜਰਾਤ ਤੋਂ 2, ਵੀਰੋ ਆਪਣੇ ਉੱਥੇ ਹੋਣਗੇ ਹੁਣ 20-25, ਅਤੇ 10 ਪਹਿਲੇ ਹੀ ਨੇ ਰਾਜ ਸਭਾ ਵਾਲੇ, ਆਪਣੇ ਹੋਣਗੇ 35-40। ਜਦੋਂ 35-40 ਇਨਕਲਾਬੀ ਉੱਥੇ ਹੋਏ ਅਤੇ ਪੰਜਾਬ ਦੇ ਹੱਕ 'ਚ ਜਦੋਂ 13 ਦੇ 13 ਨੇ ਅਤੇ 10 ਦੇ 10 ਨੇ ਆਵਾਜ਼ ਚੱਕੀ, ਮਾਈ ਦੇ ਲਾਲ ਦੀ ਕਿਸੇ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ, 1 ਰੁਪਈਆ ਵੀ ਆਪਣਾ ਸਰਕਾਰ 'ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ। ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ 'ਚ। ਇੱਧਰ ਉੱਧਰ ਵੋਟ ਪਾ ਕੇ ਖਰਾਬ ਨਾ ਕਰ ਲਿਓ, ਹੁਣ ਬੜੀ ਮੁਸ਼ਕਿਲ ਦਾ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ, ਪੰਜਾਬ ਵਾਸਤੇ ਕੰਮ ਕਰ ਰਿਹਾ, ਦਿਲ ਧੜਕਦਾ ਪੰਜਾਬ ਵਾਸਤੇ। ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਜੀ, ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ, ਜਿੰਨੇ ਮਰਜ਼ੀ ਕਮਾ ਲੈਂਦੇ, ਪਰ ਨਹੀਂ, ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਆਹ ਬੰਦ ਕਰਦੇ ਆ, ਆਹ ਖੜਕਾ ਹੁੰਦਾ, ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਹੀ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆਂ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਸਾਡੇ ਗੁਰੂਆਂ ਨੇ ਦੱਸਿਆ, ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ, ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ, ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ, ਆਪਦਾ ਹੀ ਸਵਾਦ ਹੁੰਦਾ।
ਮੇਰੇ ਕੋਲ ਦੋ ਤਿੰਨ ਵੀਡੀਓ ਸਵੇਰੇ ਆ ਗਈਆਂ ਅੱਜ ਗਰੀਬਾਂ ਦੀਆਂ। ਕੋਈ ਆਇਆ ਮੇਰੇ ਕੋਲ ਚ ਭੇਜੀ ਕਿਸੇ ਨੇ, ਕੋਈ ਆਇਆ ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ, ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ, ਸਾਈਕਲ 'ਤੇ ਆਇਆ ਅਤੇ ਝੰਡੇ ਲੈਣ ਆਇਆ, ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ, ਤਾਂ ਉਹਨੇ ਕੀ ਕਿਹਾ, ਆਹ ਬਜ਼ੁਰਗ ਹੈ ਇਹ, ਕਹਿੰਦਾ ਮੈਂ ਮਜ਼ਦੂਰ ਹਾਂ, ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ। ਕਹਿੰਦਾ ਫਿਰ ਝੰਡਾ ਆਮ ਆਦਮੀ ਪਾਰਟੀ ਦਾ ਕਿਉਂ ਲੈਣ ਆਇਆ? ਕਹਿੰਦਾ ਸਾਡੇ ਟੱਬਰ 'ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ, 6 ਜਵਾਕਾਂ ਨੂੰ। ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ, 2 ਟੀਚਰ ਲੱਗ ਗਈਆਂ ਕੁੜੀਆਂ, ਮੇਰਾ ਦੋਤਾ ਪਟਵਾਰੀ ਬਣ ਗਿਆ। ਕਹਿੰਦਾ ਹੁਣ ਮੈਨੂੰ ਕੋਈ ਇਹ ਨਾ ਕਿਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ, ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਵੋਟ ਪਾਊਂਗਾ, ਕਿਉਂਕਿ ਕਹਿੰਦਾ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਬੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ, ਇਹਦੇ ਵਿੱਚ ਕਿਹਾ ਹੋਇਆ, ਤੁਸੀਂ ਮੇਰੇ ਫੋਨ 'ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ, ਇਹ 'ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ, ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ, ਆਹ ਫਰਕ ਹੈ ਜੀ। ਸੋ ਵੀਰੋ, ਮੇਰਾ ਪਹਿਲੇ ਦਿਨੋਂ ਇਹ ਸੋਚਣਾ, ਕੋਈ ਹਰਾ ਕਾਰਡ, ਕੋਈ ਪੀਲਾ ਕਾਰਡ, ਕੋਈ ਨੀਲਾ ਕਾਰਡ ਤੁਹਾਡੀ ਗਰੀਬੀ ਦੂਰ ਨਹੀਂ ਕਰ ਸਕਦਾ। ਗਰੀਬੀ ਦੂਰ ਤੁਹਾਡੀ ਹੋਊਗੀ, ਮੈਂ ਕਰੂੰਗਾ, ਪਰ ਗਰੀਬੀ ਦੂਰ ਤੁਹਾਡੇ ਜਵਾਕ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ, ਉਹ ਗਰੀਬੀਆਂ ਦੂਰ ਕਰਨਗੇ। ਤੁਹਾਡੇ ਜਵਾਕਾਂ ਨੂੰ ਪੜ੍ਹਾਵਾਂਗੇ, ਉਹਨਾਂ ਨੂੰ ਅਫਸਰ ਲਾਵਾਂਗੇ, ਉਹ ਗਰੀਬੀਆਂ ਦੂਰ ਕਰਨਗੇ। ਵੀਰੋ, ਇੱਕ ਪਰਿਵਾਰ 'ਚ ਸਰਕਾਰੀ ਨੌਕਰੀ ਮਿਲ ਜਾਏਗਾ, ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਵੀ ਜੀਵਨ ਪੱਧਰ ਸੁਧਰ ਜਾਂਦਾ। ਗੁਆਂਢੀ ਵੀ ਪੁੱਛਣ ਆ ਜਾਂਦੇ ਨੇ ਕਿ ਕਿਹੜੀ ਕਿਤਾਬ ਪੜ੍ਹੀ ਸੀ, ਕਿਹੜਾ ਟੈਸਟ ਹੁੰਦਾ, ਇਹ ਪੇਪਰ ਕਿਹੜਾ ਹੁੰਦਾ, ਜ਼ਰੂਰ ਦੱਸਿਓ। ਜਿਨ੍ਹਾਂ ਜਿਨ੍ਹਾਂ ਦੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ, ਕਿਰਪਾ ਕਰਕੇ ਜੇ ਕੋਈ ਤੁਹਾਨੂੰ ਪੁੱਛਣ ਆਵੇ ਜ਼ਰੂਰ ਦੱਸਿਓ ਕਿ ਆਹ ਐਂ ਪੜ੍ਹ ਲਾ, ਇੰਨੇ ਨੰਬਰ ਆ ਗਏ ਤਾਂ ਇੰਨੀ ਨੌਕਰੀ ਮਿਲ ਜੂਗੀ, ਜ਼ਰੂਰ ਦੱਸਿਓ। ਆਪਾਂ ਸਾਰਿਆਂ ਨੂੰ ਕਾਮਯਾਬ ਕਰਨਾ, ਆਪਾਂ ਕੋਈ ਘਰ ਛੱਡਣਾ ਨਹੀਂ ਜਿਹਦੇ ਘਰ ਦੇ ਵਿੱਚ ਕੋਈ ਅੱਜ ਰਾਤ ਦੇ ਚੁੱਲ੍ਹੇ ਦੀ ਕੋਈ ਚਿੰਤਾ ਹੋਵੇ ਕਿ ਚੁੱਲ੍ਹਾ ਜਲੂਗਾ ਜਾਂ ਨਹੀਂ, ਇਹ ਮੇਰੀ ਸੋਚ ਹੈ। ਦਿਨ ਰਾਤ ਇਸੇ 'ਤੇ ਕੰਮ ਕਰ ਰਿਹਾ ਬਾ। ਹੁਣ ਤੁਸੀਂ 1 ਜੂਨ ਨੂੰ ਜ਼ਿੰਮੇਵਾਰੀ ਨਿਭਾ ਦਿਓ, ਉਦੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਜਿਹੜਾ ਫਰਜ਼ ਹੈ ਉਹ ਮੇਰਾ। ਇੱਕ ਤਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ, ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਮੈਂ ਕੀ ਮਾੜਾ ਕਰਤਾ ਪੰਜਾਬ ਦਾ ਯਾਰ, 2.25 ਹੋ ਗਏ, 1 ਰੁਪਈਏ ਦੀ ਮੇਰੇ 'ਤੇ ਕੋਈ ਇਲਜ਼ਾਮ ਲਾ ਕੇ ਦਿਖਾ ਦਿਓ, 1 ਰੁਪਈਆ, 1 ਰੁਪਈਆ ਸਮਝ ਲਓ, ਰੁਪਈਆ ਨਹੀਂ ਹੈਗਾ, ਸਲਫਾਸ ਦੀ ਗੋਲੀ ਆ ਉਹ, 1 ਰੁਪਈਏ ਤੜਕੀ ਗਾਲਾਂ ਕੱਢਣ ਲੱਗ ਜਾਂਦੇ। ਆਹ ਤੁਹਾਡੇ ਵਾਲਾ ਤਾਂ ਜ਼ਿਆਦਾ ਕੱਢਦਾ, ਉਹ ਤੁਹਾਡਾ MLA ਕਿੱਥੇ ਹੈ, ਤੁਹਾਡਾ MLA ਕਿੱਥੇ ਹੈ ਜੀ, ਉਧਰ ਕਿੱਧਰ ਫਿਰਦਾ ਉਹ? ਹੁਣ ਮੈਂ ਇਹ ਨਹੀਂ ਕਹਿੰਦਾ
ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ MLA ਸਾਨੂੰ ਧੋਖਾ ਦੇ ਜੂ, ਸਾਨੂੰ ਛੱਡ ਜੂ। ਛੱਡੂ ਤਾਂ ਜੇ ਉੱਥੋਂ ਜਿੱਤੂ, ਤੁਹਾਡੇ ਕੋਲ ਹੀ ਰਹੂਗਾ। ਇਸ ਗੱਲ ਦੀ ਗਰੰਟੀ ਲੈਣਾ, ਤੁਹਾਡੇ ਕੋਲ ਹੀ ਰਹੂਗਾ, ਇੱਥੇ ਹੀ ਹੋਊਗਾ। ਮੁੜ ਕੇ ਆਊਗਾ, ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ, ਹੁਣ ਸੰਗਰੂਰੋਂ ਮੁੜ ਆਊਗਾ। ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਤਾਂ ਫਿਰ ਆ ਜਾਂਦਾ, ਘਰ ਆ ਜਾਂਦਾ। ਵੀਰੋ ਇੱਕ ਮੈਂ ਗੱਲ ਦੱਸਦਾ, ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ MLA ਖਹਿਰਾ, ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਜ਼ ਕਰ ਦਿੰਦਾ। ਪਹਿਲਾਂ ਸਾਡੇ 'ਚ ਵੀ ਰਿਹਾ, ਬੜੀ ਮੁਸ਼ਕਲ ਝੱਲਿਆ ਬਈ, ਆਪ ਹੀ ਨਿਕਲ ਗਿਆ। ਚਲੋ ਪ੍ਰਮਾਤਮਾ ਨੇ ਇਸ ਪਾਰਟੀ 'ਤੇ ਮਿਹਰ ਕਰਨੀ ਸੀ, ਆਪ ਹੀ ਸਫਾਈ ਹੋ ਗਈ। ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਯੂਪੀ ਬਿਹਾਰ ਵਾਲਿਆਂ ਦਾ, ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ, ਉਹ ਆਹ ਕੀ ਕਹਿਤਾ ਹੋਏ। ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਦਾ। 15/3/2018 ਨੂੰ ਸੁਖਪਾਲ ਸਿੰਘ ਖਹਿਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲ 10 ਮੋਟਰਾਂ ਨੇ ਰਾਮਗੜ੍ਹ 'ਚ, ਕੋਈ 10 ਹਾਰਸ ਪਾਵਰ ਦੀ ਹੈ, ਕੋਈ 7.5 ਦੀ ਹੈ, ਮੈਂ ਇਹਦਾ ਸਬਸਿਡੀ ਛੱਡਣੀ ਚਾਹੁੰਦਾ ਜੀ, ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ, ਮੈਂ ਬਿੱਲ ਭਰਿਆ ਕਰੂੰ, ਮੈਂ ਸਬਸਿਡੀ ਛੱਡਣੀ ਚਾਹੁੰਦਾ। ਬੱਲੇ ਬੱਲੇ ਕਰਾ ਲਈ, ਆਹ ਹੁੰਦਾ ਬਈ, ਆਹ ਇਹ ਆ ਕੰਮ ਬਹੁਤ ਵਧੀਆ ਬਈ, ਸਬਸਿਡੀ ਛੱਡਤੀ। ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ, ਉਹ ਕਹਿੰਦੇ ਇਕੱਲੀ ਚਿੱਠੀ ਲਿਖੀ ਸੀ, ਉਹ ਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣ ਵਾਲਾ। ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ? 10 ਟਿਊਬਵੈੱਲ ਨੇ ਰਾਮਗੜ੍ਹ 'ਚ, 75 ਹਾਰਸ ਪਾਵਰ ਟੋਟਲ ਬਣਦੀ ਹੈ 10 ਦੀ, 4,36,500 ਰੁਪਇਆ ਇੱਕ ਸਾਲ ਦਾ ਇਹਨੇ ਛੱਡਣਾ ਸੀ। ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ, ਅੰਡਾ ਉਨੀ ਛੋਟਾ ਹੁੰਦਾ ਜਾਂਦਾ, ਛੱਡਿਆ ਨਹੀਂ ਵੀਰੋ। ਆਹ ਤਾਂ ਇਹਨਾਂ ਦੇ ਕਿਰਦਾਰ ਨੇ। ਲੈ ਦੱਸਦੇ ਵੀ ਕਦੋਂ ਛੱਡਿਆ ਸੀ, ਫਾਰਮ ਭਰਿਆ ਸੀ, 10 ਮੋਟਰਾਂ ਨੇ ਮੇਰੇ ਕੋਲ, ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ, ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ। ਮੈਂ ਦੱਸ ਦਿੰਦਾ, ਕਿਤੇ ਕੋਈ ਕਿਸੇ ਵਹਿਮ 'ਚ ਨਾ ਰਹਿ ਜੇ, ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ। ਆਹ ਚਿੱਠੀ ਲਿਖੀ ਹੋਈ ਹੈ ਹੱਥ ਨਾਲ, ਨੀਲੀ ਸਿਆਹੀ ਨਾਲ, 15/3/2018 ਨੂੰ ਇਹ PSPCL ਨੂੰ ਲਿਖੀ ਹੈ, ਆਹ ਮੋਟਰਾਂ ਨੇ ਜੀ 10 ਹਾਰਸ ਪਾਵਰ, 5, 5, 7.5, 7.5, 7.5, 7.5, 7.5, 7.5, 10। ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਹੈ, ਜਿਹਦੇ 'ਚੋਂ 1, 2, 3, 4 ਸੁਖਜਿੰਦਰ ਸਿੰਘ ਦੇ ਨਾਮ 'ਤੇ ਨੇ, 1 ਗੁਰਚਰਨ ਸਿੰਘ, 2 ਗੁਰਚਰਨ ਸਿੰਘ ਦੇ ਨਾਮ 'ਤੇ ਨੇ, ਨੀ ਫਾਦਰ ਹੈ ਸੁਖਪਾਲ ਖਹਿਰਾ ਦੇ ਨਾਂ 'ਤੇ, 1, 2, 3, 4 ਸੁਖਪਾਲ ਖਹਿਰਾ, 2 ਸੁਖਜਿੰਦਰ, 1 ਮਹਿੰਦਰ ਕੌਰ ਹੈ, ਮੈਨੂੰ ਨਹੀਂ ਪਤਾ ਕੌਣ ਹੈ, ਸੁਖਜਿੰਦਰ ਸਿੰਘ ਫੇਰ ਅਤੇ ਮਹਿੰਦਰ ਕੌਰ। ਆਹ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ,
ਮੈਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ। ਬਾਅਦ ਚ ਫਾਰਮ ਹੀ ਨਹੀਂ ਭਰਿਆ, ਬਿੱਲ ਭਰਨ ਦੀ ਗੱਲ ਛੱਡੋ, 4,36,500 ਰੁਪਇਆ ਸਾਲ ਦਾ, ਕਹਿੰਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ। ਇਹ ਆਹ ਤਾਂ ਇਹਨਾਂ ਦੇ ਕਿਰਦਾਰ ਨੇ, ਕੀ ਕਰੋਗੇ ਤੁਸੀਂ ਬਈ? ਗੱਲ ਨਹੀਂ ਬਾਤ ਨਹੀਂ, ਕੋਈ ਕੰਮ ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਹੋ, ਕੋਈ ਚੱਜ ਦਾ ਕੰਮ ਕਰ ਲਓ, ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ। ਕਿੰਨੀਵੀਂ ਪਾਰਟੀ ਹੈ, ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀਵੀਂ ਪਾਰਟੀ ਹੈ ਇਹ। ਇੱਕ ਵਾਰੀ ਸਾਡੇ ਨਾਲ, ਫਿਰ ਆਪਦੀ ਵੀ ਬਣਾ ਲਈ ਸੀ ਇੱਕ, ਫਿਰ PDA ਕਿਰ ਅਕਾਲੀਆਂ ਵੱਲੋਂ ਵੀ ਰਹੇ ਹੈ, ਕਿਰ ਯਾਦ ਵੀ ਰਹੇ ਹੈ, ਕਾਂਗਰਸ ਦੂਜੀ ਵਾਰ ਹੈ, ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ, ਦੋਜੀਆਂ ਵਾਲੇ ਮੋਟਰਸਾਈਕਲ ਵਰਗੇ ਹੈ, ਜਿੱਧਰ ਨੂੰ ਮਰਜ਼ੀ ਟੇਢਾ ਕਰ ਦਿਓ ਉੱਧਰ ਨੂੰ ਖੜ ਜਾਂਦੇ ਆ, ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ। ਬਹੁਤ ਬਹੁਤ ਧੰਨਵਾਦ। ਹੁਣ ਹੁਣ ਤੁਹਾਡਾ ਆਸ਼ੀਰਵਾਦ, ਤੁਹਾਡਾ ਬਜ਼ੁਰਗਾਂ ਨੇ ਕਹਿਤਾ, ਹੁਣ ਇੱਕ ਕੰਮ ਬਹੁਤ ਵਧੀਆ ਤੁਹਾਡੇ ਕਰਨ ਦਾ, ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣਾ, ਭਲੱਥ ਤੋਂ ਵੀ ਹਰਾਓ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ। ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਹਰੋਂ ਭਾਈ ਜੀ ਨੇ ਦੇਗ, ਮੂਹਰੋਂ ਭਾਈ ਜੀ ਨੇ ਨਹੀਂ ਦਿੱਤੀ, ਪਿਛਲੀ ਕੁੱਤਾ ਖਾ ਗਿਆ। ਕਿਸੇ ਨੇ ਦੇਗ ਲੈ ਲਈ, ਦੇਗ ਲੈ ਕੇ ਐਂ ਪਿੱਛੇ ਕਰ ਲਈ, ਇੱਕ ਹੱਥ ਨਾਲ ਦੁਬਾਰੇ ਦੇਗ ਲੈਣ ਲੱਗਿਆ, ਭਾਈ ਜੀ ਕਹਿੰਦਾ ਦੋਨੇ ਹੱਥ ਕਰ, ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ, ਉਹ ਪਿਛਲੀ ਉਹ ਖਾ ਗਿਆ। ਉਹ ਕਹਿੰਦਾ ਨਾ ਤੇਰੇ ਹੱਥ ਜੂਠੇ ਨੇ, ਹੁਣ ਨਹੀਂ ਮਿਲਦੀ। ਸੋ ਇਹਨਾਂ ਦਾ ਇਹ ਹਾਲ ਹੋਊਗਾ। ਉਹ ਫਿਰ ਤੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਆ? ਪੈਸੇ ਲੈ ਕੇ ਜਾਂਦੇ ਆ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ, ਤੂੰ ਜਿੱਤ ਜਾਏਗਾ, ਮੈਨੂੰ ਇੰਨੇ ਪੈਸੇ ਦੇ ਦੇ। ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰਸਿਮਰਤ ਕੌਰ ਨੂੰ ਹਰਾਉਣ ਗਿਆ ਸੀ, ਜਿਤਾਉਣ ਗਿਆ ਸੀ, ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਉਹਦੀਆਂ, ਹੁਣ ਤੂੰ ਜਿੱਤ ਜਾਏਗੀ, ਮੈਨੂੰ ਇੰਨੇ ਪੈਸੇ। ਹੈਂਜੀ ਹਾਂ ਲੈ ਕੇ ਆ, ਨਹੀਂ ਤਾਂ ਇਹ ਕੋਈ ਕੰਮ ਨਹੀਂ ਕਾਰ ਨਹੀਂ। ਤੇ ਇੰਨੀਆਂ ਜ਼ਮੀਨਾਂ, ਇੰਨੀ ਜਾਇਦਾਦ ਕਿੱਥੋਂ ਆ ਗਈ? ਆਪਦੇ ਵਿੱਚ 13 ਮੈਂਬਰਾਂ ਨੇ ਕਾਗਜ਼ ਭਰੇ ਨੇ, ਦੂਜੇ ਨੰਬਰ 'ਤੇ ਅਮੀਰ ਬੰਦਾ ਹੈ ਖੈਰਾ, ਕਿੱਥੋਂ ਆ ਗਿਆ ਪੈਸਾ? ਕੇਸ ਚੱਲਦੇ ਨੇ ਡਰੱਗ 'ਤੇ, ਜ਼ਮਾਨਤਾਂ 'ਤੇ ਆਏ ਹੋਏ ਹੋ, ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ। ਤੇ ਚਾਹੇ ਇਮਾਨਦਾਰੀ ਦਾ ਸਬੂਤ ਦਿੰਦੇ ਹੋ ਯਾਰ ਤੁਸੀਂ ਕਿ ਮੈਂ ਇਮਾਨਦਾਰ ਹਾਂ? ਸੋ ਵੀਰੋ ਇਹਨਾਂ ਦੇ ਮਗਰ ਨਾ ਲੱਗਿਓ, ਦੋਨੇ ਹੱਥ ਉੱਪਰ ਚੱਕ ਕੇ ਮੈਨੂੰ ਇਹ ਤਸੱਲੀ ਕਰਾ ਦਿਓ ਕਿ ਭਲੱਥ ਵਾਲੇ ਪਾਸਿਓਂ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ। ਵਾਹ ਬਈ ਧੰਨਵਾਦ। ਹੈ ਜੀ ਕਿੱਕਲੀ ਸੁਣੀ ਤਾਂ ਹੋਈ ਆ ਇੰਨੀ ਵਾਰੀ ਹੁਣ। ਸੁਬੀਰੋ ਧੰਨਵਾਦ ਧੰਨਵਾਦ। ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ, ਮੋਦੀ ਹੀ ਗਿਆ। ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ, ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ। ਹਾਂ ਉਹ ਪਾਰਲੀਮੈਂਟ 'ਚ ਮੈਂ ਕਿਹਾ ਸੀ
ਪਾਰਲੀਮੈਂਟ 'ਚ ਮੈਂ ਕਿਹਾ ਸੀ, ਮੈਂ ਕਿਹਾ 15 ਲੱਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੂਕ ਜਾਤੀ ਹੈ, ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਕਲਮ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ। ਮੋਦੀ ਜੀ ਅਬ ਤੋ ਯੇ ਵੀ ਸ਼ੱਕ ਹੈ ਕਿ ਚਾਏ ਬਣਾਨੀ ਆਤੀ ਹੈ? ਅਰੇ ਖਾਲੀ ਚਾਏ ਕੇ ਪਿਆਲੇ ਹੈ, ਲੋਕ ਆਪਸੇ ਪੁੱਛ ਰਹੇ ਹੈ ਮੋਦੀ ਜੀ ਬਤਾ ਦੀਜੀਏ ਅੱਛੇ ਦਿਨ ਕਬ ਆਨੇ ਵਾਲੇ ਹੈ। ਸੋ ਵੀਰੋ ਬੜਾ ਸੋਚਿਆ ਹੋਣਾ, ਮੋਦੀ ਖੁਸ਼ ਹੋਇਆ ਹੋਣਾ ਵੀ ਚੱਲ ਯਾਰ ਇੱਥੋਂ ਪਾਰਲੀਮੈਂਟ 'ਚੋਂ ਨਿਕਲ ਗਿਆ ਪੀਲੀ ਪੱਗ ਵਾਲਾ, ਰੋਜ਼ ਸਿਆਪਾ ਪਾਈ ਰੱਖਦਾ ਸੀ, ਪਰ ਉਹਨੂੰ ਇਹ ਨਹੀਂ ਪਤਾ ਸੀ ਮੂਹਰੇ ਫੇਰ ਟੱਕਰਾਂਗੇ ਕਿਤੇ ਨਾ ਕਿਤੇ। ਸੋ ਇਹ ਤਾਂ ਕੁਦਰਤ ਹੈ ਜੀ, ਕੁਦਰਤ ਹੈ, ਪਰਮਾਤਮਾ ਹੈ, ਕਿਆ ਪਤਾ ਕਿਸ ਭੇਸ ਮੇਂ ਨਾਰਾਇਣ ਮਿਲ ਜਾਏ। ਰੱਬ ਆਪ ਥੋੜ੍ਹੀ ਆਉਂਦਾ ਹੁੰਦਾ, ਕਿਸੇ ਬੰਦੇ ਤੋਂ ਹੀ ਕੁਛ ਕਰਾਉਂਦਾ ਹੁੰਦਾ, ਕਿਸੇ ਬੰਦੇ ਨੂੰ ਸਮੱਤ ਬਖਸ਼ ਦਿੰਦਾ ਹੁੰਦਾ, ਪਲ ਦੇ ਦਿੰਦਾ ਹੁੰਦਾ ਵੀ ਚੱਕ ਦੇ ਅਤੇ ਕੰਮ ਹੋ ਜਾਂਦਾ ਹੁੰਦਾ। ਸੋ ਇਸ ਕਰਕੇ ਤੁਹਾਡੇ ਕੋਲ ਆਇਆ 1 ਜੂਨ ਨੂੰ। ਆਪਣਾ ਬਟਨ ਕਿੰਨਵੇਂ ਨੰਬਰ 'ਤੇ ਹੈ? ਆਪਣਾ ਬਟਨ ਤਾਂ 5 ਨੰਬਰ 'ਤੇ ਹੈ, ਆਉਣਾ ਆਪਾਂ ਪਹਿਲੇ ਨੰਬਰ 'ਤੇ ਹੈ। ਸੋ 5ਵੇਂ ਨੰਬਰ ਵਾਲਾ ਬਟਨ ਦੱਬਣਾ, ਹੋਰ ਕੋਈ ਬਟਨ ਵੱਲ ਦੇਖਿਓ ਬਿਨਾਂ, ਨਹੀਂ ਤਾਂ ਚਿੱਟਾ ਮੋਤੀਆ ਉਤਰੇਊ ਅੱਖਾਂ 'ਚ। 5ਵੇਂ ਨੰਬਰ ਵਾਲਾ ਬਟਨ ਦੱਬ ਦਿਓ, ਤੁਸੀਂ ਉਧਰੋਂ ਬਟਨ ਦੱਬਤਾ, ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ, ਤੁਸੀਂ ਕਾਂਗਰਸ ਅਤੇ ਅਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ? ਬਈ ਜ਼ੀਰੋ ਦਾ ਜਵਾਬ ਜ਼ੀਰੋ ਨਾ ਦਿਓ, ਮੈਂ ਤੁਹਾਨੂੰ ਜ਼ੀਰੋ ਦੇ ਤੀ ਬਿੱਲਾਂ ਦੇ ਰੂਪ 'ਚ, ਤੁਸੀਂ ਮੈਨੂੰ ਜ਼ੀਰੋ ਦੇ ਦਿਓ ਇਹਨਾਂ ਦੀਆਂ ਸੀਟਾਂ ਦੇ ਰੂਪ 'ਚ, ਸਿੱਧਾ ਜਿਹਾ ਹੈ, ਇਹ 'ਚ ਕਿਹੜਾ ਕੋਈ ਰੋਕਟ ਸਾਇੰਸ ਹੈ। ਸੋ ਤੁਹਾਡੇ ਕੋਲ ਤਾਂ ਆਏ, ਅਤੇ ਬਾਕੀ ਇੱਕ ਮੈਂ ਹੋਰ ਬੇਨਤੀ ਕਰਦਾ, ਮੈਨੂੰ ਬਹੁਤ ਫੋਨ ਆਉਂਦੇ ਬਾਈ ਸਾਡੇ ਪਿੰਡ ਆ ਜਾਓ, ਮਾਨ ਸਾਹਿਬ ਸਾਡੇ ਪਿੰਡ ਵਿੱਚ ਦੀ ਰੋਡ ਸ਼ੋਅ ਕੱਢ ਦਿਓ। ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਕਿਤੇ ਇਹ ਨਾ ਸੋਚ ਲਿਓ ਵੋਟਾਂ ਵਾਲੇ ਦਿਨ ਕਿ ਜੇ ਭਗਵੰਤ ਮਾਨ ਆ ਜਾਂਦਾ ਸਾਡੇ ਪਿੰਡ ਅਸੀਂ ਵੋਟਾਂ ਪਾਉਂਦੇ। ਵੀਰੋ ਮੈਂ ਕੋਈ ਆਪਦੇ ਵਾਸਤੇ ਥੋੜ੍ਹੀ ਵੋਟਾਂ ਮੰਗ ਰਿਹਾ, ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਿਹਾ। ਇਸ ਕਰਕੇ ਇਹ ਗੱਲ ਨਾ ਸੋਚਿਓ, ਮੈਂ ਬਾਅਦ 'ਚ ਆ ਜਾਊਂਗਾ ਕਦੇ ਜਦੋਂ ਮੈਨੂੰ ਮੌਕਾ ਮਿਲ ਗਿਆ, ਮੈਂ ਇਕੱਲਾ ਹੁਣ ਕਿੱਥੇ ਕਿੱਥੇ ਜਾਵਾਂ। ਪਰ ਇਹ ਨਾ ਸੋਚਿਓ ਕਿ ਜੇ ਉਹ ਆ ਜਾਂਦਾ ਤਾਂ ਪਾਉਂਦੇ, ਕਿਉਂਕਿ ਮੈਨੂੰ ਘਰੇ ਘਰ ਵਾਸਤੇ ਨਹੀਂ ਵੋਟਾਂ ਚਾਹੀਦੀਆਂ, ਮੈਨੂੰ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਚਾਹੀਦੀਆਂ, ਤੁਹਾਡੇ ਘਰਾਂ ਵਾਸਤੇ ਵੋਟਾਂ ਚਾਹੀਦੀਆਂ, ਤੁਹਾਡੀਆਂ ਤਰੱਕੀਆਂ ਵਾਸਤੇ ਵੋਟਾਂ ਚਾਹੀਦੀਆਂ, ਕਿਸਾਨਾਂ ਵਾਸਤੇ ਵੋਟਾਂ ਚਾਹੀਦੀਆਂ, ਮਜ਼ਦੂਰਾਂ ਵਾਸਤੇ ਵੋਟਾਂ ਚਾਹੀਦੀਆਂ, ਦੁਕਾਨਦਾਰਾਂ ਵਾਸਤੇ ਵੋਟਾਂ ਚਾਹੀਦੀਆਂ, ਵਪਾਰੀਆਂ ਵਾਸਤੇ ਵੋਟਾਂ ਚਾਹੀਦੀਆਂ, ਮੁਲਾਜ਼ਮਾਂ ਵਾਸਤੇ ਵੋਟਾਂ ਚਾਹੀਦੀਆਂ, ਜਿਹੜੇ ਕੱਚੇ ਮੁਲਾਜ਼ਮ ਉਹ 15-15 ਸਾਲ ਤੋਂ 5-5-6-6 ਹਜ਼ਾਰ ਤਨਖਾਹ 'ਤੇ ਤੁਰੇ ਫਿਰਦੇ, ਉਹਨਾਂ ਨੂੰ ਪੱਕੇ ਕਰਨ ਵਾਸਤੇ ਮੈਨੂੰ ਵੋਟਾਂ ਚਾਹੀਦੀਆਂ। ਸਰਕਾਰ ਦੀਆਂ ਪਾਬੰਦੀਆਂ ਹਟਾ ਕੇ ਉਹਨਾਂ ਨੂੰ ਪੱਕੇ ਕਰੀਏ, ਉਹਨਾਂ ਦੀ 20-25 ਹਜ਼ਾਰ ਤਨਖਾਹ ਹੋਵੇ ਤਾਂ ਸੁਖੀ ਬਸਣ, ਆਹ ਕੰਮ ਵਾਸਤੇ ਹੈ। ਇਹ ਨਾ ਸੋਚ ਲਿਓ ਭਗਵੰਤ ਮਾਨ ਨਹੀਂ ਆਇਆ, ਨਹੀਂ ਤਾਂ ਵੋਟ ਪਾਉਂਦੇ। ਇਹ ਤਾਂ ਹੁਣ ਸੁਖਬੀਰ ਬਾਦਲ ਹੈ, ਪਰਿਵਾਰ ਬਚਾਓ ਯਾਤਰਾ ਕਰਦਾ ਫਿਰਦਾ, ਜੀਪ 'ਤੇ ਛੱਤ ਜੀ ਲਵਾ ਰੱਖੀ ਹੈ, ਗਰਮੀ ਹੈ। ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਅੱਗੇ ਨਾ ਕਰ ਦਿਓ ਗੱਲ, ਬਸ ਇਹ ਗੱਲ ਇੱਥੇ ਹੀ ਰਹਿ ਜੇ, ਬਸ ਗਾਹਾਂ ਗੱਲ ਨਾ ਕਰ ਦਿਓ। ਮੈਂ ਗੱਲ ਦੱਸਣ ਲੱਗਿਆ, ਇੱਕ ਕੁਛ ਅਫਸਰ ਨੇ ਜਿਹੜੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨਾਲ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ, ਉਹਨਾਂ ਨੂੰ ਪ੍ਰੋਟੋਕੋਲ ਮਿਲਿਆ ਹੋਇਆ, ਉਹਨਾਂ ਨੇ ਮੈਨੂੰ ਦੱਸਿਆ ਪਰਸੋਂ। ਮੈਂ ਕਿਹਾ ਕੀ ਹਾਲ ਚਾਲ ਹੈ ਹਰਸਿਮਰਤ ਕੌਰ ਅਤੇ ਸੁਖਬੀਰ ਬਾਦਲ ਜੀ ਦਾ, ਕੀ ਹਾਲ ਚਾਲ ਹੈ? ਕਹਿੰਦੇ ਜੀ ਬਸ ਮੇਰਾ ਨਾਂ ਨਾ ਲਿਓ। ਮੈਂ ਕਿਹਾ ਨਾਂ ਨਹੀਂ ਲੈਂਦਾ। ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ, ਉੱਠ ਕੇ ਰੋਂਦੇ ਨੇ, ਵੀ ਆਹ ਕੀ ਪੰਗਾ ਪੈ ਗਿਆ। ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ, ਉਹ ਹੋਰ ਜੜੀ ਬਹਿ ਗਈ,
ਕਹਿੰਦਾ ਲੜਾਈ ਹੋਈ ਜਾਂਦੀ ਹੈ ਹੁਣ ਆਪਸ 'ਚ ਸਾਲੇ ਜੀਜੇ ਦੀ ਵੀ ਤੈਂ ਮਾਂਜਿਆ ਅਕਾਲੀ ਦਲ ਤੈਂ ਮਾਂਜਿਆ। ਉਹ ਕਹਿੰਦਾ ਭਗਵੰਤ ਮਾਨ ਨੇ ਤਾਂ ਆਪਣਾ ਦੋਨਾਂ ਦਾ ਨਾਂ ਲਿਆ ਵੀ ਆਪਾਂ ਦੋਨਾਂ ਨੇ ਮਾਂਜਿਆ। ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ ਪੀਰ ਇਹਨਾਂ ਨੇ ਆਪਣੇ ਘਰਾਂ 'ਚ ਘੱਟ ਕਲੇਸ਼ ਪਾਏ ਆ, ਇਹਨਾਂ ਨੂੰ ਭੁੱਲ ਜਾਓ। ਸੋ ਤਾਂ ਕਰਕੇ ਮੈਂ ਕਿਹਾ ਸੀ ਤੁਸੀਂ ਕਹਿੰਦੇ ਹੋ, ਚਲੋ ਮੈਂ ਸੁਣਾ ਦਿੰਦਾ ਹਰਸਿਮਰਤ ਕੌਰ ਸਾਰਾ ਨਾ। ਦੇਖੋ ਜਿਹੜੀ ਕਲਮ ਹੈ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ, ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਦੇ ਵਿੱਚ ਜੋਸ਼ ਭਰਿਆ ਸੀ। ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ, ਡਿਪਰੈਸ਼ਨ 'ਚ ਚਲਾ ਗਿਆ ਸੀ ਔਰੰਗਜ਼ੇਬ, ਉਦੋਂ ਬਾਅਦ ਉੱਠਿਆ ਨਹੀਂ। ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਣ, ਕਲਮ ਦੀ ਤਾਕਤ। ਗੁਰੂ ਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ, 700 ਸਾਲ ਪਹਿਲਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂੰਆਂ ਕਰਦੀਆਂ ਹੋਣਗੀਆਂ, ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱਟਦਾ ਹੋਊ, ਉਦੋਂ ਕਿਹੜਾ ਕੋਈ ਸਪਰੇਆਂ ਕਰਦਾ ਹੋਊ। ਪਰ ਉਦੋਂ ਹੀ ਕਹਿਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ, ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ। ਸਾਡੇ ਕੋਲ ਤਾਂ ਖਜ਼ਾਨਾ ਪਿਆ, ਅਸੀਂ ਤਾਂ ਸ਼ਬਦ ਗੁਰੂ, ਸਾਡਾ ਤਾਂ ਗੁਰੂ ਸ਼ਬਦ ਹੈ, ਸਾਡਾ ਤਾਂ ਸ਼ਬਦ ਗੁਰੂ ਹੈ। ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪਰਮਾਤਮਾ ਦਾਤ ਦੇ ਦੇ, ਉਹ ਤੋਂ ਵੱਡਾ ਕੋਈ ਮੇਰੇ ਖਿਆਲ 'ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ।